60ਵੇਂ ਸਕੂਲ ਖੇਡਾਂ ਵਿੱਚ ਭਾਗ ਲੈ ਕੇ ਪਿੰਡ ਬਾਦਲ ਤੋਂ ਆਪਣੇ ਘਰ ਪਰਤ ਰਹੀਆਂ ਪੰਜਾਬ ਦੀ ਕਬੱਡੀ ਟੀਮ ਦੀਆਂ 4 ਖਿਡਾਰਨਾਂ ਦੇ ਚੈਤੋ ਨੇੜੇ ਐਕਸੀਡੈਂਟ ਹੋ ਗਿਆ ਸੀ। ਹਾਦਸੇ ਵਿੱਚ ਉਹ ਜ਼ਖਮੀ ਹੋ ਗਈਆਂ ਸਨ। ਪੰਜਾਬ ਦੇ ਸਿੱਖਿਆ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਉਹਨਾਂ ਦਾ ਹਾਲ ਜਾਣਨ ਲਈ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਪਹੁੰਚੇ। ਇਸ ਮੌਕੇ ਉਹਨਾਂ ਖਿਡਾਰਨਾਂ ਦੇ ਚੱਲ ਰਹੇ ਇਲਾਜ ਬਾਰੇ ਡਾਕਟਰਾਂ ਤੋਂ ਜਾਣਕਾਰੀ ਲਈ। ਉਹਨਾਂ ਇਸ ਹਾਦਸੇ ਵਿੱਚ ਮ੍ਰਿਤਕ PTI ਰਣਜੀਤ ਸਿੰਘ ਦੇ ਇੱਕ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦਾ ਭਰੋਸਾ ਦਿੱਤਾ। ਨੈਸ਼ਨਲ ਚੈਂਪੀਅਨਸ਼ਿਪ ਹੋਈ ਸੀ ਉੱਥੇ, ਜਿਹੜੀ ਸਾਡੀ ਪੰਜਾਬ ਦੀ ਵਿਨਰ ਟੀਮ ਸੀ ਉਹਦੀਆਂ ਬੱਚੀਆਂ ਵਾਪਸ ਫਿਰੋਜ਼ਪੁਰ ਆਪਣੇ ਘਰ ਜਾ ਕੇ ਰਸਤੇ ਦੇ ਵਿੱਚ ਉਹਨਾਂ ਦੀ ਕਾਰ ਦਾ ਐਕਸੀਡੈਂਟ ਹੋ ਗਿਆ। ਉਹਦੇ ਵਿੱਚ ਸਾਡੇ ਇੱਕ ਜਿਹੜੇ PTI ਸਰਦਾਰ ਰਣਜੀਤ ਸਿੰਘ ਉਹਨਾਂ ਦੀ ਡੈਥ ਹੋ ਗਈ ਸੀ ਔਰ ਇੱਕ ਉਹਨਾਂ ਦਾ ਹੋਰ ਸਾਥੀ ਪੁਰਾਣਾ ਉਹਦੀ ਵੀ ਡੈਥ ਹੋ ਗਈ ਔਰ 4 ਲੜਕੀਆਂ ਇੰਜਰ ਹੋਈਆਂ ਸੀਗੀਆਂ, ਜਿਹਦੇ ਵਿੱਚ 2 'ਤੇ ਤਾਂ ਫ੍ਰੈਕਚਰ ਆ, 2 'ਤੇ ਥੋੜ੍ਹੀ ਜਿਹੀ ਮਾਮੂਲੀ ਸੱਟਾਂ ਲੱਗੀਆਂ। ਸੋ ਅੱਜ ਉਹਨਾਂ ਦਾ ਹਾਲ ਪੁੱਛਣ ਵਾਸਤੇ ਹਸਪਤਾਲ ਮੈਂ ਆਇਆ। ਇਸ ਗੱਲ ਦੀ ਮੈਨੂੰ ਤਸੱਲੀ ਹੈ ਕਿ ਬੱਚੀਆਂ ਜਿਹੜੀਆਂ 4 ਆ ਉਹ ਬਿਲਕੁਲ ਠੀਕ ਠਾਕ ਹੈ ਖਤਰੇ ਤੋਂ ਬਾਅਦ। ਦੇਖੋ ਇਹਨਾਂ ਦਾ ਸਾਰਾ ਹੀ ਇਲਾਜ ਦਾ ਖਰਚਾ ਜਿਹੜਾ ਉਹ ਮੁੱਖ ਮੰਤਰੀ ਸਾਹਿਬ ਨੇ ਰਾਤ ਨੂੰ ਹਦਾਇਤਾਂ ਦਿੱਤੀਆਂ ਸੀ, ਸਾਰਾ ਹੀ ਦਾ ਖਰਚਾ ਜਿਹੜਾ ਉਹ ਪੰਜਾਬ ਸਰਕਾਰ ਬੱਚੀਆਂ ਦਾ ਕਰੇਗੀ। ਖਬਰਾਂ ਦੀ ਦੁਨੀਆ ਵਿੱਚ ਆਓ, ਸਾਡੇ ਨਾਲ ਕਦੇ ਵੀ ਕਿਤੇ ਵੀ ਜੁੜੋ। ਆਪਾਂ ਮਿਲਾਂਗੇ ਫੇਸਬੁੱਕ ਤੇ, ਅਸੀਂ ਦਿਖਾਂਗੇ ਯੂਟਿਊਬ ਤੇ, ਸਾਨੂੰ ਫੋਲੋ ਕਰੋ ਟਵਿੱਟਰ ਤੇ। ਖਬਰਾਂ ਨਾਲ ਜੁੜੇ ਰਹੋ ਦਿਨ ਰਾਤ।